ਤੇ ਰੁਕਾਲੇ ਨੇ ਹੁਣ ਕੈਨੇਡਾ ਵੱਲ ਹਰਿੰਦਰ ਮੱਲੀ ਜੋ ਬ੍ਰੈਂਪਟਨ ਨਾਰਥ ਤੋਂ ਐਮ ਪੀ ਪੀ ਲਈ ਲਿਬਰਲ ਪਾਰਟੀ ਵੱਲੋਂ ਮੁੜ ਚੋਣ ਲੜ ਰਹੇ ਨੇ ਵੱਲੋਂ ਆਪਣੇ ਚੋਣ ਦਫ਼ਤਰ ਦਾ ਸ਼ੁਭਾਰੰਭ ਕੀਤਾ ਗਿਆ। ਉਹਨਾਂ ਦਾ ਇਹ ਚੋਣ ਦਫ਼ਤਰ 50 ਸਨੀ ਮੈਡੋ ਮੈਡੀਕਲ ਬਿਲਡਿੰਗ ਦੇ ਯੂਨਿਟ ਨੰਬਰ 100 ਵਿਖੇ ਸਥਿਤ ਹੈ। ਇਸ ਮੌਕੇ ਸੈਂਕੜੇ ਸਮਰਥਕਾਂ, ਸ਼ੁਭਚਿੰਤਕਾਂ, ਵਲੰਟਰੀਆਂ ਅਤੇ ਪਾਰਟੀ ਨੇਤਾਵਾਂ ਦੀ ਮੌਜੂਦਗੀ ਵਿੱਚ ਉਸ ਅਕਾਲ ਪੁਰਖ ਦਾ ਓਟ ਆਸਰਾ ਲੈਣ ਲਈ ਗ੍ਰੰਥੀ ਸਾਹਿਬ ਵੱਲੋਂ ਉਸਦੇ ਦਰਬਾਰ ਵਿੱਚ ਬੀਬੀ ਹਰਿੰਦਰ ਮੱਲੀ ਦੀ ਇਹਨਾਂ ਚੋਣਾਂ ਵਿੱਚ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਬੁਲਾਰਿਆਂ ਵੱਲੋਂ ਚੋਣਾਂ ਵਿੱਚ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ। ਬੁਲਾਰਿਆਂ ਵਿੱਚ ਮੁੱਖ ਤੌਰ ਤੇ ਵੌਨ ਤੋਂ ਐਮ ਪੀ ਪੀ ਸਟੀਫਨ ਡੈਲਡੁਕਾ ਅਤੇ ਹਰਿੰਦਰ ਮੱਲੀ ਦੇ ਪਿਤਾ ਸਰਦਾਰ ਗੁਰਬਖਸ਼ ਸਿੰਘ ਮੱਲੀ ਸ਼ਾਮਿਲ ਸਨ। ਹਰਿੰਦਰ ਮੱਲੀ ਵੱਲੋਂ ਇਸ ਮੌਕੇ ਪਹੁੰਚੇ ਸਾਰੇ ਹਾਜ਼ਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਆਉਣ ਵਾਲੀਆਂ ਸੂਬਾਈ ਚੋਣਾਂ ਵਿੱਚ ਉਹਨਾਂ ਦੀ ਮਦਦ ਕਰਨ ਲਈ ਬੇਨਤੀ ਕੀਤੀ ਗਈ। ਚੜ੍ਹਦੀਕਲਾ ਟਾਈਮ ਟੀਵੀ ਦੇ ਡਾਇਰੈਕਟਰ ਸਰਦਾਰ ਹਰਪ੍ਰੀਤ ਸਿੰਘ ਦਰਦੀ ਵੱਲੋਂ ਹਰਿੰਦਰ ਮੱਲੀ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ ਗਿਆ। ਹਾਜ਼ਰੀਨ ਵਿੱਚ ਸਾਬਕਾ ਓਨਟਾਰੀਓ ਦੇ ਸਾਬਕਾ ਮੰਤਰੀ ਹਰਿੰਦਰ ਤੱਖੜ, ਬ੍ਰੈਂਪਟਨ ਸਾਊਥ ਤੋਂ ਚੋਣ ਲੜ ਰਹੇ ਲਿਬਰਲ ਉਮੀਦਵਾਰ ਸੁਖਵੰਤ ਠੇਠੀ, ਉੱਘੇ ਰੀਅਲਸਟਰ ਪਰਮਜੀਤ ਸਿੰਘ ਬਿਰਦੀ, ਬ੍ਰੈਂਪਟਨ ਦੀ ਇੱਕ ਸੀਨੀਅਰ ਕਲੱਬ ਦੇ ਪ੍ਰਧਾਨ ਡਾਕਟਰ ਸੋਹਨ ਸਿੰਘ, ਪ੍ਰੋਫੈਸਰ ਨਿਰਮਲ ਸਿੰਘ ਤਾਰਨੀ, ਜੰਗੀਰ ਸਿੰਘ ਸੈਂਬੀ, ਪ੍ਰੋਫੈਸਰ ਜਗੀਰ ਸਿੰਘ ਕਾਲੋ, ਪਰਮਜੀਤ ਸਿੰਘ ਕਾਲੋ, ਮਲੁਕ ਸਿੰਘ ਕਾਲੋ, ਪੱਤਰਕਾਰ ਕਵਲਜੀਤ ਕਵਲ, ਸੁਖਦੇਵ ਸਿੰਘ ਚੰਡ, ਰਜਿੰਦਰ ਸਿੰਘ ਅਟਵਾਲ ਅਤੇ ਬ੍ਰੈਂਪਟਨ ਦੇ ਵਾਰਡ ਨੰਬਰ 1 ਅਤੇ 5 ਤੋਂ ਸਿਟੀ ਕੌਂਸਲਰ ਵਜੋਂ ਚੋਣ ਲੜ ਰਹੇ ਸੰਦੀਪ ਸਿੰਘ ਸਮੇਤ ਕਈ ਹੋਰ ਸ਼ਾਮਿਲ ਸਨ। ਇਸ ਮੌਕੇ ਪੂਰੀ ਛੋਲੇ, ਜਲੇਬੀਆਂ ਅਤੇ ਚਾਹ ਨਾਲ ਆਏ ਮਹਿਮਾਨਾਂ ਦੀ ਸੇਵਾ ਕੀਤੀ ਗਈ। ਅੱਜ ਅਸੀਂ ਮੇਅ ਦੀ ਪੰਚ ਤਰੀਕ ਨੂੰ ਆਪਦਾ ਜਿਹੜਾ ਕੈਂਪੇਨ ਆਫਿਸ ਆ ਉਹ ਲਾਂਚ ਕਰ ਰਹੇ ਹਾਂ ਅਤੇ ਆਪਦੀ ਕੈਂਪੇਨ ਕਿਕ ਆਫ ਕਰ ਰਹੇ ਹਾਂ। ਸਾਡਾ ਕੈਂਪੇਨ ਆਫਿਸ 50 ਸੈਨੀ ਮੈਰੋ ਅਤੇ ਯੂਨਿਟ 100 ਵਿੱਚ ਆ। ਮੈਂ ਸਾਰੀ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਿਛਲੇ 4 ਸਾਲਾਂ ਤੋਂ ਮੇਰਾ ਵੱਧ ਚੜ੍ਹ ਕੇ ਸਾਥ ਦਿੱਤਾ ਹੈ ਅਤੇ ਅੱਜ ਵੀ ਬਹੁਤ ਹੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਆ ਮੇਰਾ ਹੌਸਲਾ ਵਧਾਉਣ ਲਈ। ਸੋ ਤੁਹਾਡਾ ਸਾਰਿਆਂ ਦਾ ਮੇਰਾ ਧੰਨਵਾਦ। ਬਾਕੀ ਮੈਂ ਉਮੀਦ ਰੱਖਦੀ ਹਾਂ ਵੀ ਅੱਗੇ ਤੋਂ ਵੀ ਤੁਸੀਂ ਮੇਰਾ ਇਸੇ ਤਰ੍ਹਾਂ ਸਾਥ ਦਿੰਦੇ ਰਹੋਗੇ ਅਤੇ ਜੂਨ ਦੀ 7 ਤਰੀਕ ਨੂੰ ਬ੍ਰੈਂਪਟਨ ਨਾਰਥ ਤੋਂ ਆਪਦੀ ਐਮ ਪੀ ਪੀ ਜ਼ਰੂਰ ਇਲੈਕਟ ਕਰੋਗੇ। ਸਾਡੇ ਕੈਂਪੇਨ ਵਿੱਚ ਆਫਿਸ ਵਿੱਚ ਆਓ, ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਸਾਨੂੰ ਵਾਲੰਟੀਅਰਸ ਦੀ ਲੋੜ ਆ, ਟਾਈਮ ਕੱਢੋ। ਮੇਰੀ ਪੂਰੀ ਕੋਸ਼ਿਸ਼ ਰਹੂਗੀ ਵੀ ਮੈਂ ਤੁਹਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਜ਼ਰੂਰ ਕੰਮ ਕਰਾਂ ਅਤੇ ਤੁਹਾਡੀ ਆਵਾਜ਼ ਬਣ ਕੇ ਕੁਈਨਜ਼ ਪਾਰਕ ਦੁਆਰਾ ਜਾਵਾਂ। ਅੱਜ ਅਸੀਂ ਬ੍ਰੈਂਪਟਨ ਨਾਰਥ ਤੋਂ ਕੈਂਡੀਡੇਟ ਹਰਿੰਦਰ ਮੱਲੀ ਜੀ ਦੀ ਕੈਂਪੇਨ ਦਾ ਉਦਘਾਟਨ ਕਰ ਰਹੇ ਹਾਂ ਅਤੇ ਸਾਨੂੰ ਪੂਰੀ ਆਸ ਹੈ ਕਿ ਇਸ ਵਾਰੀ ਫਿਰ ਹਰਿੰਦਰ ਮੱਲੀ ਦੀ ਜਿੱਤ ਪ੍ਰਾਪਤ ਹੋਊਗੀ। ਕਮਿਊਨਿਟੀ ਨੇ ਬਹੁਤ ਸਹਿਯੋਗ ਦਿੱਤਾ, ਜਦੋਂ ਡੋਰ ਨੌਕਿੰਗ ਕਰਨ ਜਾਂਦੇ ਹਾਂ ਤਾਂ ਲੋਕ ਸਾਡਾ ਸਾਥ ਦਿੰਦੇ ਨੇ, ਉਸੇ ਤਰ੍ਹਾਂ ਹੀ ਸਾਨੂੰ ਉਮੀਦ ਹੈ ਕਿ ਪਿਛਲੇ ਵਰ੍ਹਿਆਂ ਦੀ ਤਰ੍ਹਾਂ ਹਰਿੰਦਰ ਮੱਲੀ ਅੱਗੇ ਆਪਣੀ ਸੇਵਾ ਕਰਨਗੇ ਅਤੇ ਇਸੇ ਤਰ੍ਹਾਂ ਹੀ ਜਿੱਤ ਪ੍ਰਾਪਤ ਕਰਨਗੇ। ਆਈ ਵੁੱਡ ਲਾਈਕ ਟੂ ਆਸ ਦ ਨਾਰਥ ਬ੍ਰੈਂਪਟਨ ਰੈਸੀਡੈਂਟ ਟੂ ਵੋਟ ਹਰਿੰਦਰ ਮੱਲੀ। ਆਈ ਨੋ ਹਰਿੰਦਰ ਫੋਰ ਆਲਮੋਸਟ 28 ਈਅਰਸ ਨਾਓ। ਆਈ ਵਰਕ ਵਿਦ ਹਰ ਮਮ ਦਬਿੰਦਰ ਮੱਲੀ ਵੈਨ ਵੀ ਵਰ ਵਰਕਿੰਗ ਇਨ ਅ ਵਾਲਪੇਪਰ ਕੰਪਨੀ ਐਂਡ ਆਈ ਆਲਸੋ ਹੈਲਪ her dad Gorbachs when he was campaigning in Gor Malton when he was still on San MP. So I am asking the Brampton North resident, whether you're Filipino, Chinese, Indian or Pakistan, please vote Harinder in this coming election. ਹਾਂਜੀ, ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਆਪਣੀ ਕਮਿਊਨਿਟੀ ਤੋਂ, ਸਾਊਥ ਏਸ਼ੀਅਨ ਕਮਿਊਨਿਟੀ ਤੋਂ ਹਰਿੰਦਰ ਮੱਲੀ ਸੈਕਿੰਡ ਟਰਮ ਵਾਸਤੇ ਆਪਣਾ ਜਾ ਰਹੇ ਹੈ। ਸੋ ਬਹੁਤ ਕੰਮ ਆਪਣੀ ਕਮਿਊਨਿਟੀ ਨੇ ਇੱਥੇ ਕਰਿਆ, ਹਰਿੰਦਰ ਦਾ ਬਹੁਤ ਅੱਛਾ ਰੋਲ ਰਿਹਾ, ਉਹਨੇ ਸਾਡੇ ਵਾਸਤੇ, ਸਾਡੀ ਕਮਿਊਨਿਟੀ ਵਾਸਤੇ ਕਾਫੀ ਕੰਮ ਕਰਿਆ। ਸਪੈਸ਼ਲੀ ਜਦ ਆਪਾਂ ਗੱਲ ਕਰਦੇ ਹਾਂ ਕਿ ਰਾਜਸਥਾਨ ਯੂਨੀਵਰਸਿਟੀ ਬ੍ਰੈਂਪਟਨ 'ਚ ਲੈ ਕੇ ਆਉਣੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ, ਕਿਉਂਕਿ ਆਪਣਾ ਬ੍ਰੈਂਪਟਨ ਜਿਹੜਾ ਉਹ ਇੱਕ ਹਾਊਸਿੰਗ ਦੇ ਵਾਸਤੇ ਯੂਜ਼ ਹੋ ਰਿਹਾ ਸੀਗਾ, ਪਰ ਇੱਥੇ ਓਪਰਚੁਨਿਟੀਜ਼ ਨਹੀਂ ਸੀਗੀਆਂ ਬੱਚਿਆਂ ਵਾਸਤੇ, ਉਹਨਾਂ ਨੂੰ ਯੂਨੀਵਰਸਿਟੀ ਵਾਸਤੇ ਟੋਰਾਂਟੋ ਜਾਣਾ ਪੈਂਦਾ ਸੀ ਜਾਂ ਵਾਟਰਲੂ ਜਾਣਾ ਪੈਂਦਾ ਸੀਗਾ। ਹੁਣ ਆਪਣੇ ਕੋਲ ਜਦ ਰਾਜਸਥਾਨ ਯੂਨੀਵਰਸਿਟੀ ਇੱਥੇ ਬ੍ਰੈਂਪਟਨ 'ਚ ਹੀ ਆ ਜਾਏਗੀ, ਸੋ ਬੱਚਿਆਂ ਵਾਸਤੇ ਬਹੁਤ ਚੰਗੀ ਓਪਰਚੁਨਿਟੀਜ਼ ਹੋਣਗੀਆਂ। ਅਤੇ ਇਸ ਤੋਂ ਇਲਾਵਾ ਟ੍ਰਾਂਸਿਟ ਸਿਸਟਮ, LRT ਦੀ ਗੱਲ ਚੱਲ ਰਹੀ ਹੈ, ਸੋ ਉਹਦੇ ਨਾਲ ਕਿਉਂਕਿ ਅਸੀਂ ਕਨੈਕਟਡ ਹੋਵਾਂਗੇ ਸਾਰੀ ਜਗ੍ਹਾ 'ਤੇ ਨਾ, ਅਤੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਾਂ ਇਹਨਾਂ ਨੂੰ ਸਪੋਰਟ ਕਰੀਏ।